ਦੀ ਨਹਾਰ ਬਦਲੀ ਜਾ ਰਹੀ ਆ ਉਹਦੇ ਤਹਿਤ ਅੱਜ ਫਗਵਾੜਾ ਦੇ ਪਿੰਡ ਦਰਵੇਸ਼ ਵਿਖੇ ਜਿਹੜਾ ਮਾਨ ਸਾਹਿਬ ਦੀ ਅਗਵਾਈ ਵਿੱਚ ਉਦਘਾਟਨ ਕੀਤਾ ਗਿਆ ਸੀ ਜਿਹੜਾ ਇਹਦੀ ਲਾਗਤ 84 ਲੱਖ ਰੁਪਏ ਆ ਰਹੀ ਆ ਉਹ ਰੋਡ ਦਰਵੇਸ਼ ਪਿੰਡ ਤੋਂ ਲੈ ਕੇ ਅਰਦਾਸਪੁਰ ਲਵਲੀ ਯੂਨੀਵਰਸਿਟੀ ਦਾ ਹੀ ਬਣ ਲਿਆ ਜਾ ਰਿਹਾ ਕੁਛ ਲੋਕ ਗੱਲਾਂ ਕਰਦੇ ਸੀ ਜਿਹੜੇ ਆਪੋਜੀਸ਼ਨ ਵਾਲੇ ਵੀ ਇਹ ਰੋਡ ਬਸ ਉਦਘਾਟਨ ਕੀਤਾ ਇਹ ਰੋਡ ਨਹੀਂ ਬਣਨਾ ਉਹਦੀ ਜਲਦੀ ਮਿਸਾਲ ਆ ਜਿਹੜੀ ਲੋਕਾਂ ਸਾਹਮਣੇ ਵੀ ਰੋਡ ਬਹੁਤ ਜਲਦੀ ਤੋਂ ਵਧੀਆ ਰੋਡ ਜਿਹੜਾ ਇੱਕ ਨੰਬਰਦਾਰ ਬਣ ਜਾ ਰਿਹਾ ਮੈਂ ਆਪਣੇ ਵੱਲੋਂ ਪਿੰਡ ਵਾਸੀਆਂ ਵੱਲੋਂ ਮਾਨ ਸਾਹਿਬ ਦਾ ਖਾਸ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਅਤੇ ਫਿਰ ਮੈਂ ਸਰਦਾਰ ਜਗਿੰਦਰ ਸਿੰਘ ਜੀ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਿੰਡਾਂ ਦੀ ਨਹਾਰ ਬਦਲਣ ਲਈ ਕੋਈ ਕਸਰ ਨਹੀਂ ਛੱਡੀ ਜਿਹਦੇ ਵਿੱਚ ਵੱਖ ਵੱਖ ਪਿੰਡਾਂ ਦੇ ਰੋਡ ਜੰਗੀ ਪੱਧਰ ਦੇ ਬਣ ਰਹੇ ਆ ਜਿਹਦੀ ਟੋਟਲ ਅਮਾਊਂਟ ਪਿੰਡਾਂ ਦੇ ਵਾਸਤੇ 18 ਕਰੋੜ 72 ਲੱਖ ਰੁਪਏ ਆਏ ਆ ਜਿਹੜੀਆਂ 10 ਸਾਲਾਂ ਦੇ ਵਿੱਚ ਨਹੀਂ ਸੜਕ ਬਣੀ ਉਹ ਸਾਰੀਆਂ ਦੇ ਕਰਕੇ ਸਾਰੀਆਂ ਬਣਾਈਆਂ ਜਾਣਗੀਆਂ ਮੈਂ ਆਪਣੇ ਵੱਲੋਂ ਫਿਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਰਦਾਰ ਜਗਿੰਦਰ ਸਿੰਘ ਜੀ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ।